ਨਵਜੋਤ ਸਿੱਧੂ ਚੰਗਾ ਭਲਾ ਵਧੀਆ ਸਕੂਲਾਂ ਚ ਪੜ੍ਹਿਆ ਲਿਖਿਆ, ਕਹਿੰਦਾ 6,000 ਕਰੋੜ ਦਾ ਕਰਜ਼ਾ ਇਹਦੇ ਨਾਲ ਹੀ ਆ ਗਿਆ। ਕਿੱਥੋਂ ਆ ਗਿਆ ਭਾਈ? ਚੱਲ ਗੱਲ ਕਰ ਸਾਡੇ ਨਾਲ। 1,080 ਕਰੋੜ ਚ ਖਰੀਦਿਆ, 540 ਮੈਗਾਵਾਟ ਦਾ, 2 ਕਰੋੜ ਪਰ ਮੈਗਾਵਾਟ ਦਾ ਦੁਨੀਆ ਦਾ ਸਭ ਤੋਂ ਸਸਤਾ ਥਰਮਲ ਪਲਾਂਟ ਖਰੀਦਿਆ ਆਪਾਂ ਨੇ, ਔਰ ਚੱਲਦਾ ਹੈ। ਜੇ ਅੱਜ ਲਾਉਣ ਲੱਗੀਏ 4 ਸਾਲਾਂ ਨੂੰ ਨਵਾਂ ਲੱਗੂਗਾ 8.5 ਕਰੋੜ 1 ਮੈਗਾਵਾਟ ਦਾ, 5,000 ਤੋਂ 5,500 ਕਰੋੜ ਦਾ ਪਊਗਾ 4 ਸਾਲਾਂ ਬਾਅਦ। ਕਿੱਥੇ ਅੱਜ ਸੋਚਦਾ ਬੱਤੀ ਬਿਜਲੀ ਆਉਣ ਲੱਗੀ। ਤੇ ਅੱਛਾ, ਅੱਜ ਉਹਨਾਂ ਨੇ ਦੱਸਿਆ ਵੀ ਹੈ ਕਿ ਜਿਹੜਾ ਸਾਡੇ ਕੋਲੇ ਪਹਿਲਾਂ ਕੋਲਾ ਆਉਂਦਾ ਸੀ ਉੜੀਸਾ ਤੋਂ ਜਾਂ ਇਧਰੋਂ ਉਧਰੋਂ ਲਿਆਉਂਦੇ ਸੀ, ਉਹ ਕੋਲਾ 30-40% ਗਰਮੀ ਪੈਦਾ ਕਰਦਾ ਸੀ। ਜਿਹੜਾ ਆਪਣੇ ਵਾਲਾ ਕੋਲਾ ਹੈ ਪਛਵਾੜਾ ਮਾਈਨ ਵਾਲਾ, ਆਪਣੀ ਕੋਲੇ ਦੀ ਮਾਈਨ ਜਿਹੜੀ ਪੰਜਾਬ ਦੀ ਹੈ, ਉਹਦੇ ਵਾਲਾ ਕੋਲਾ 90% ਕਰਦਾ ਹੈ। ਇਹੀ ਜਿਹੜਾ ਥਰਮਲ ਪਲਾਂਟ ਹੈ ਇਹਦੀ ਉਮਰ 25-40 ਸਾਲ ਹੋ ਜੂਗੀ। ਹੁਣ 25 ਸੀ ਪਹਿਲਾਂ, 40 ਸਾਲ ਹੋ ਜੂਗੀ। ਮਾੜਾ ਸੌਦਾ ਹੈ। ਮੈਂ ਇੱਕ ਪੈਸੇ ਦਾ ਹਿਸਾਬ ਲੈਣਾ।